ਦੇਸ਼ ਵਿਦੇਸ਼ ਦੀ ਧਰਤੀ 'ਤੇ ਦੈਨਿਕ ਸਵੇਰਾ ਟੀਵੀ ਦੇਖ ਰਹੇ ਸੰਗਤ ਰੂਪ ਸਰੋਤਿਆਂ ਨੂੰ ਦਾਸ ਵੱਲੋਂ ਫਤਿਹ ਅਰਜ਼ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣਾਂ ਦੀ ਉਚਾਰਨ ਕੀਤੀ ਮਾਝ ਕੀ ਵਾਰ, ਜਿਸ ਦੀ 5 ਨੰਬਰ ਪੌੜੀ ਨਾਲ ਆਇਆ ਹੋਇਆ ਪਹਿਲਾ ਸਲੋਕ, ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਬਚਨ ਅੰਦਰ ਬਖਸ਼ਿਸ਼ ਕਰਦੇ, ਕਹਿੰਦੇ ਜੋ ਮਨੁੱਖ ਝੂਠ ਬੋਲ ਕੇ, ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਕੇ ਆਪ ਤਾਂ ਦੂਜਿਆਂ ਦਾ ਹੱਕ ਖਾਂਦਾ ਹੈ। ਮੁਰਦਾਰ ਸ਼ਬਦ ਜਿਹੜਾ ਹੈ ਇਹ ਮੁਰਦੇ ਤੋਂ ਹੈ, ਅਤੇ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਜਿੱਥੇ ਸਾਨੂੰ ਇਬਾਦਤ ਵਾਸਤੇ ਆਖਿਆ, ਬੰਦਗੀ ਵਾਸਤੇ ਆਖਿਆ, ਭਗਤੀ ਵਾਸਤੇ ਆਖਿਆ, ਉਹਦੀ ਆਰਾਧਨਾ ਵਾਸਤੇ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰਿਆਂ ਦਾ ਹੱਕ ਖਾਣਾ, ਕਿਉਂਕਿ ਜੋ ਅਸੀਂ ਆਰਾਧਨਾ ਕਰਦੇ, ਇਬਾਦਤ ਕਰਦੇ ਹਾਂ, ਉਹਨੂੰ ਜੀਵਨ ਵਿੱਚ ਪ੍ਰੈਕਟੀਕਲ ਵੀ ਕਰਨਾ। ਇਹ ਨਹੀਂ ਕਿ ਕੋਈ ਬੰਦਾ ਸਵੇਰੇ 2 ਘੰਟੇ, ਘੰਟਾ ਡੇਢ ਘੰਟਾ ਬੈਠ ਕੇ ਪੂਜਾ ਪਾਠ ਕਰਦਾ ਹੈ, ਗੁਰਦੁਆਰੇ ਮੰਦਰ ਜਾਂਦਾ ਹੈ, ਸਾਰੇ ਧਰਮ ਕਰਮ ਨਿਭਾਉਂਦਾ, ਅਤੇ ਮੁੜ ਕੇ ਆਪਣੇ ਕੰਮ ਕਾਜ ਦੇ ਵਿੱਚ ਦੂਸਰਿਆਂ ਦਾ ਹੱਕ ਮਾਰੀ ਜਾਂਦਾ, ਇਹਨੂੰ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ। ਸਾਹਿਬ ਕਹਿੰਦੇ ਫਿਰ ਉਹ ਤੇਰਾ ਕਰਮ ਧਰਮ ਵੀ ਜਿਹੜਾ ਨਾ, ਸਵੇਰੇ ਡੇਢ ਘੰਟਾ ਬੈਠ ਕੇ ਰੱਬ ਰੱਬ ਕੀਤਾ, ਮੰਦਰ ਗੁਰਦੁਆਰੇ ਗਿਆ, ਉਹ ਸਭ ਕੁਝ ਪਖੰਡ ਹੋ ਕੇ ਰਹਿ ਜਾਏਗਾ ਜੇ ਤੇਰੀ ਜ਼ਿੰਦਗੀ ਵਿੱਚ ਉਹ ਚੀਜ਼ਾਂ ਨਾ ਆਈਆਂ। ਐਸਾ ਹੀ ਮਲਕ ਭਾਗੋ ਨੂੰ ਮਹਾਰਾਜ ਜਦੋਂ ਐਮਨਾਬਾਦ ਦੀ ਧਰਤੀ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜਾਂਦੇ ਆ, ਤਾਂ ਉਸ ਧਰਤੀ 'ਤੇ ਮਹਾਰਾਜ ਦਾਤਾ ਜੀ ਨੇ ਜਿੱਥੇ ਭਾਈ ਲਾਲੋ ਜੀ ਹੁਣਾਂ ਦੇ ਗ੍ਰਹਿ ਵਿਖੇ ਜਾ ਕੇ ਟਿਕਾਣਾ ਕੀਤਾ, ਅਤੇ ਮਲਕ ਭਾਗੋ ਨੇ ਉਹਦਾ ਨਾਮ ਰੱਖਿਆ ਸੀ ਵੀ ਮੈਂ ਬ੍ਰਹਮ ਭੋਜ ਕਰ ਰਿਹਾ, ਵੀ ਬੜਾ ਪਵਿੱਤਰ ਭੋਜਨ ਜਿਹੜਾ ਹੈ ਉਹ ਮੈਂ ਕਰ ਰਿਹਾ ਹਾਂ, ਲੰਗਰ ਲਾਇਆ ਹੈ। ਅਤੇ ਉਹਨੇ ਵੇਖਿਆ ਸਾਰੇ ਲੋਕ ਆਏ ਆ, ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਬੁਲਾਇਆ, ਅਤੇ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਹੀਂ ਗਏ, ਦੂਸਰੀ ਵਾਰ ਫੇਰ ਤੀਸਰੀ ਵਾਰ ਧੱਕਾ ਕਰਕੇ ਮਹਾਰਾਜ ਪਹੁੰਚ ਗਏ। ਕਹਿੰਦਾ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਪਰੇਸ਼ਾਨੀ ਕੀ ਆ, ਮੈਂ ਬ੍ਰਹਮ ਭੋਜ ਕੀਤਾ, ਏਡੇ ਏਡੇ ਸਾਧੂ ਮਹਾਤਮਾ, ਇੰਨੇ ਲੋਕ ਖਾਣ ਵਾਸਤੇ ਛਕਣ ਵਾਸਤੇ ਆ ਰਹੇ ਆ, ਅਤੇ ਤੁਸੀਂ ਉੱਥੇ ਗਰੀਬ ਲਾਲੋ ਦੇ ਘਰ, ਭਾਈ ਸਾਹਿਬ ਭਾਈ ਲਾਲੋ ਦੇ ਘਰ ਬੈਠੇ ਤੁਸੀਂ ਬਾਜਰੇ ਦੀਆਂ ਸੁੱਕੀਆਂ ਰੋਟੀਆਂ ਤੋੜੀ ਜਾਂਦੇ ਹੋ, ਅਤੇ ਇੱਥੇ ਤੁਹਾਨੂੰ ਪੂੜੇ, ਖੀਰ, ਅਨੇਕਾਂ ਤਰ੍ਹਾਂ ਦੇ ਹੋਰ ਪਦਾਰਥ ਵਿਅੰਜਨ, ਉਹ ਚੰਗੇ ਕਿਉਂ ਨਹੀਂ ਲੱਗਦੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਨਾ ਤਾਂ ਤੇਰੇ ਨਾਲ ਕੋਈ ਵੈਰ ਵਿਰੋਧ ਆ ਸਾਡਾ, ਅਤੇ ਨਾ ਲੰਗਰ ਨਾਲ ਆ। ਅਸਲ ਗੱਲ ਇਹ ਆ ਵੀ ਇਹ ਜਿਹੜਾ ਤੂੰ ਬ੍ਰਹਮ ਭੋਜ ਕੀਤਾ ਨਾ, ਇਹ ਖਾਣ ਵਾਲੇ ਖਾਈ ਜਾਂਦੇ ਆ, ਪਰ ਅਸੀਂ ਇਹ ਤੈਨੂੰ ਬਾਤ ਸਮਝਾਉਣੀ ਚਾਹੁੰਦੇ ਹਾਂ। ਤਾਂ ਹੀ ਉੱਥੇ ਜ਼ਿਕਰ ਆਉਂਦਾ, ਮਹਾਰਾਜ ਨੇ ਆਖਿਆ ਜਿਹਨੂੰ ਤੂੰ ਸੁੱਕੀ ਕੋਧਰੇ ਦੀ ਬਾਜਰੇ ਦੀ ਰੋਟੀ ਕਹਿੰਦਾ ਉਹ ਵੀ ਮੰਗਾ ਲੈਂਦੇ ਹਾਂ, ਅਤੇ ਇੱਕ ਪਾਸੇ ਤੇਰੇ ਮਾਲ ਪੂੜੇ ਬੜੇ ਦੇਸੀ ਘਿਓ 'ਚ ਕੱਢੇ, ਸਾਰਾ ਕੁਝ ਕੀਤਾ, ਉਹ ਵੀ ਮੰਗਾ ਲੈਂਦੇ। ਤਾਂ ਦੋਵਾਂ ਨੂੰ ਹੱਥ ਵਿੱਚ ਪਕੜ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਦਬਾਇਆ, ਅਤੇ ਉੱਥੇ ਇੱਕ ਦੇ ਵਿੱਚੋਂ ਦੁੱਧ ਦੀ ਧਾਰਾ, ਜੋ ਭਾਈ ਲਾਲੋ ਜੀ ਹੁਣਾਂ ਦਾ ਭੋਜਨ ਸੀ, ਦੂਸਰੇ ਪਾਸੇ ਖੂਨ ਦੀ ਧਾਰਾ। ਹੁਣ ਇਹ ਸੰਕੇਤ ਸੀ, ਸਮਝਣ ਸਮਝਾਇਆ ਮਹਾਰਾਜ ਨੇ, ਹੁਣ ਕਹਾਣੀ ਕੀ ਹੈ। ਸਾਹਿਬ ਕਹਿੰਦੇ ਵੀ ਜਿਹੜਾ ਭਾਈ ਲਾਲੋ ਦਾ ਪ੍ਰਸ਼ਾਦਾ ਨਾ, ਉਹ ਦਸਾਂ ਨੌਵਾਂ ਦੀ ਕਿਰਤ ਆ, ਉਹਦੀ ਹੱਕ ਹਲਾਲ ਦੀ ਕਮਾਈ ਆ, ਉਹਨੇ ਮਿਹਨਤ ਕੀਤੀ ਹੈ, ਅਤੇ ਉਹ ਰੋਟੀ ਉਹ ਜਿਹੜਾ ਖਾ ਰਿਹਾ ਤੂੰ, ਅਸੀਂ ਖਾ ਰਹੇ ਹਾਂ। ਜਿਹੜਾ ਤੂੰ ਆ ਬ੍ਰਹਮ ਭੋਜ ਕੀਤਾ ਨਾ, ਇਹ ਬ੍ਰਹਮ ਭੋਜ ਦੇ ਵਿੱਚ ਜਿੰਨਾ ਵੀ ਰਾਸ਼ਨ ਪਾਣੀ ਜੋ ਕੁਝ ਲੱਗਾ, ਇਹ ਤੂੰ ਲੋਕਾਂ ਦਾ ਖੂਨ ਨਿਚੋੜ ਨਿਚੋੜ ਕੇ ਧਨ ਇਕੱਠਾ ਕੀਤਾ, ਅਤੇ ਉਹਦੇ ਵਿੱਚੋਂ ਕੁਝ ਖਰਚ ਕੇ ਫਿਰ ਧਰਮੀ ਹੋਣ ਦਾ ਵੀ ਤੂੰ ਢੌਂਗ ਪਿਆ ਕਰਦਾ, ਬਈ ਦੂਸਰਿਆਂ ਦਾ ਹੱਕ ਮਾਰ ਕੇ, ਗਰੀਬਾਂ ਦੀ ਜਿਹੜਾ ਹੈ ਉਹ ਹੱਕ ਹਲਾਲ ਦੀ ਕਮਾਈ ਮਾਰ ਕੇ, ਉਹਨਾਂ ਤੋਂ ਧੱਕੇ ਨਾਲ ਕੰਮ ਕਰਾ ਕੇ, ਅਤੇ ਜਿਹੜੀ ਮਾਇਆ ਇਕੱਠੀ ਕਰ ਲਈ, ਜਿਹਨੂੰ ਸਾਹਿਬ ਕਹਿੰਦੇ ਲੈਂਦਾ ਵੱਧ ਦੁਆਏ ਤੂੰ ਮਾਇਆ ਕਰੇ ਕੱਤ, ਲੋਕਾਂ ਦੀਆਂ ਵੱਧ ਦੁਆਵਾਂ ਲੈ ਲੈ ਕੇ ਉਹਨਾਂ ਦਾ ਹੱਕ ਮਾਰ ਮਾਰ ਇਕੱਠਾ ਕਰ ਲਿਆ, ਅਤੇ ਫਿਰ ਇਹ ਵੀ ਕਰਨ ਲਈ ਵੀ ਲੋਕ ਮੈਨੂੰ ਆਖਣ ਜੀ ਇਹ ਧਰਮੀ ਵੀ ਬੜਾ, ਉਹਨਾਂ ਹੀ ਪੈਸਿਆਂ ਵਿੱਚੋਂ ਉਸੇ ਧਨ 'ਚੋਂ ਉਸੇ ਕਮਾਈ 'ਚੋਂ ਮੁੜ ਕੇ ਲੰਗਰ ਲਾ ਦਿੱਤਾ। ਕਹਿੰਦੇ ਤੇਰਾ ਲੰਗਰ ਨਹੀਂ ਹੈ, ਅਤੇ ਗਰੀਬਾਂ ਦਾ ਨਿਚੋੜਿਆ ਹੋਇਆ ਖੂਨ ਹੈ। ਅਤੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਕੇ ਮਲਕ ਭਾਗੋ ਸਤਿਗੁਰਾਂ ਦੇ ਚਰਨਾਂ 'ਤੇ ਟੈ ਪਿਆ, ਅਤੇ ਅੱਗੇ ਤੋਂ ਤੌਬਾ ਕੀਤੀ। ਸਾਹਿਬ ਕਹਿੰਦੇ ਏਡਾ ਵੱਡਾ ਬ੍ਰਹਮ ਭੋਜ ਤੂੰ ਭਾਵੇਂ ਨਾ ਕਰ ਸਕੇ, ਭਾਈ ਲਾਲੋ ਤਰ੍ਹਾਂ ਹੱਕ ਹਲਾਲ ਦੀ ਕਮਾਈ ਕਰ, ਭਾਵੇਂ ਇੱਕ ਬੰਦੇ ਨੂੰ ਹੀ ਰੋਟੀ ਖਵਾ ਸਕੇ ਤੂੰ, ਉਹ ਵੀ ਪ੍ਰਵਾਨ ਹੋ ਜਾਏਗਾ, ਪਰ ਇੱਥੇ ਭਾਵੇਂ ਹਜ਼ਾਰਾਂ ਛੱਕ ਜਾਣ, ਇਹ ਕਿਸੇ ਕੰਮ ਨਹੀਂ ਆਉਣਾ। ਇਸੇ ਕਰਕੇ ਅਸੀਂ ਵੀ ਕਈ ਵਾਰੀ ਜ਼ਿੰਦਗੀ ਵਿੱਚ ਇਹ ਦੇਖਦੇ ਹਾਂ ਬਈ ਏਡੇ ਏਡੇ ਵੱਡੇ ਲੰਗਰ ਲਾ ਕੇ, ਏਡੇ ਏਡੇ ਵੱਡੇ ਭੰਡਾਰੇ ਕਰਕੇ, ਐਸਾ ਕੁਝ ਕਰਕੇ,
ਪਰ ਕਦੀ ਸੋਚਿਆ ਵੀ ਜਿਹੜਾ ਬੰਦਾ ਇਹ ਕਰ ਰਿਹਾ, ਆਪਾਂ ਕਹਿੰਦੇ ਸਾਰੇ ਇੱਕੋ ਜਿਹੇ ਨਹੀਂ, ਪਰ ਜਿਹੜਾ ਮਨੁੱਖ ਠੱਗੀਆਂ ਠੋਰੀਆਂ ਕਰਕੇ ਦੂਸਰਿਆਂ ਦਾ ਹੱਕ ਮਾਰ ਕੇ ਇਹ ਜਿਹੜੀ ਕਮਾਈ ਆ ਉਹਦੇ ਨਾਲ ਜੇ ਐਸਾ ਕੁਝ ਕਰ ਰਿਹਾ ਤਾਂ ਉਹ ਅੰਦਰ ਇਹ ਸੋਚ ਕੇ ਬੈਠਾ ਰੱਬ ਖੁਸ਼ ਹੋ ਜਾਏਗਾ, ਇਹ ਬੜਾ ਵੱਡਾ ਭੁਲੇਖਾ ਹੈ, ਧੋਖਾ ਹੈ। ਮਹਾਰਾਜ ਕਹਿੰਦੇ ਕੂੜ ਬੋਲ ਝੂਠ ਬੋਲ ਕੇ ਦੂਸਰਿਆਂ ਦਾ ਹੱਕ ਖਾਂਦਾ ਹੈ, ਅਤੇ ਅਵਰੀ ਨੂੰ ਸਮਝਾਵਣ ਜਾਏ ਤਾਂ ਦੂਸਰਿਆਂ ਨੂੰ ਕਹਿੰਦਾ ਜੀ ਹੱਕ ਨਹੀਂ ਖਾਣਾ ਚਾਹੀਦਾ ਕਿਸੇ ਦਾ, ਆਪਣੇ ਹੱਕ ਦੀ ਕਮਾਈ ਕਰਨੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਤਬਕੇ ਕਹਿ, ਜਿਵੇਂ ਹਿੰਦੂ ਵੀਰਾਂ ਦੇ ਵਿੱਚ ਗਊ ਦਾ ਮਾਸ ਖਾਣਾ ਵੱਡਾ ਪਾਪ ਹੈ, ਇਸਲਾਮ ਦੇ ਵਿੱਚ ਜਿਹੜਾ ਉਹ ਸੂਰ ਦਾ ਮਾਸ ਖਾਣਾ ਵੱਡਾ ਪਾਪ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕਿਸੇ ਦਾ ਹੱਕ ਖਾਂਦਾ ਹੈ ਨਾ, ਉਹ ਮਾਨੋ ਇਸ ਤਰ੍ਹਾਂ ਜਿਵੇਂ ਹਿੰਦੂ ਵਾਸਤੇ ਗਾਂ ਖਾਣੀ ਹੈ ਅਤੇ ਮੁਸਲਮਾਨ ਵਾਸਤੇ ਸੂਰ ਖਾਣਾ ਹੈ, ਜੇ ਕਿਸੇ ਦਾ ਹੱਕ ਖਾ ਰਿਹਾ। ਉੱਥੇ ਬਚਨ ਵਰਤਿਆ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਕਹਿੰਦੇ ਜਦੋਂ ਉਹ ਮੁਰਦਾਰ ਜਿਹੜਾ ਗੁਰੂ ਪੀਰ ਉਦੋਂ ਹਾਮਾ ਭਰੇਗਾ ਬਈ ਜਦੋਂ ਤੂੰ ਕਿਸੇ ਦਾ ਹੱਕ ਨਾ ਖਾਵੇਂ, ਤੂੰ ਇਹ ਆਖੇ ਵੀ ਮੈਂ ਕਿਸੇ ਦਾ ਹੱਕ ਮਾਰ ਕੇ ਕਿਸੇ ਦਾ ਹੱਕ ਖੋਹ ਕੇ ਅਤੇ ਬਹੁਤ ਇੰਨਾ ਕੁਝ ਮੱਥਾ ਵੀ ਟੇਕ ਰਿਹਾ, ਭਜਨ ਪਾਠ ਵੀ ਕਰ ਰਿਹਾ, ਅਤੇ ਮਹਾਰਾਜ ਤਾਂ ਮੇਰੀ ਸੁਣਨਗੇ। ਸਾਹਿਬ ਕਹਿੰਦੇ ਨਹੀਂ, ਉਹ ਦਾਤਾ ਤੇਰੇ ਨਾਲ ਨਹੀਂ ਨਿਭੇਗਾ, ਜਦੋਂ ਤੂੰ ਕਿਸੇ ਦਾ ਹੱਕ ਨਾ ਮਾਰੇਗਾ, ਹੱਕ ਹਲਾਲ ਦੀ ਕਮਾਈ ਕਰੇਗਾ। ਇਸੇ ਕਰਕੇ ਸ਼ਬਦ ਵਰਤਿਆ ਗੁਰਬਾਣੀ ਅੰਦਰ, ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇਂ ਮਾਨਸਾਂ ਤਿੰਨ ਕਿਉਂ ਨਿਰਮਲ। ਚੀਤ ਕਹਿੰਦੇ ਤੂੰ ਮਾੜਾ ਜਿਹਾ ਕੱਪੜੇ ਨੂੰ ਰੱਤ ਲਹੂ ਲੱਗ ਜਾਏ ਤਿਆਣਾ ਪਲੀਤ ਹੋ ਗਿਆ, ਪਰ ਜਿਹੜੇ ਲੋਕ ਰੋਜ਼ ਲੋਕਾਂ ਦੀ ਰੱਤ ਪੀਂਦੇ ਆ, ਖੂਨ ਪੀ ਰਹੇ ਆ, ਭਾਵ ਕਿ ਉਹਨਾਂ ਦੀ ਕਮਾਈ ਜਿਹੜੀ ਜੋ ਕਰਦੇ ਆ ਅਤੇ ਉਹ ਪੀਂਦੇ ਨੇ। ਇਸੇ ਕਰਕੇ ਦਾਨੇ ਕਹਿੰਦੇ ਸਨ ਬਈ ਜਿਹੜਾ ਮਜ਼ਦੂਰ ਹੈ ਨਾ, ਉਹਦੀ ਮਜ਼ਦੂਰੀ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਉਹਨੂੰ ਮਿਲ ਜਾਣੀ ਚਾਹੀਦੀ ਹੈ। ਲੇਕਿਨ ਅਕਸਰ ਇਹ ਕਿਸੇ ਵਿਰਲੇ ਨੂੰ ਧਿਆਨ ਆਉਂਦਾ ਵੀ ਸਾਰੀ ਦਿਹਾੜੀ ਕੋਈ ਤੁਹਾਡੇ ਕੋਲ ਕੰਮ ਕਰਦਾ ਹੈ, ਕ੍ਰਿਝਦਾ ਹੈ, ਮਰਦਾ ਹੈ, ਆਪਣਾ ਸਰੀਰ ਢੋ ਰਿਹਾ ਅਤੇ ਤੁਸੀਂ ਸ਼ਾਮਾਂ ਦਾ ਵੇਲਾ ਆਏ ਅਤੇ ਉਹ ਬੰਦੇ ਨੂੰ ਗਾਲਾਂ ਕੱਢ ਕੇ ਭਜਾ ਦਿਓ। ਅਤੇ ਸੱਚ ਜਾਣਿਓ ਜਿੰਨੇ ਮਰਜ਼ੀ ਰੱਬ ਦੇ ਅੱਗੇ ਦੇਵੀ ਦੇਵਾਂ ਦੇ ਅੱਗੇ ਜਾ ਕੇ ਗੁਰੂ ਅੱਗੇ ਨੱਕ ਗੋਡੇ ਰਗੜ ਲਿਓ, ਉਹ ਤੁਹਾਡੇ 'ਤੇ ਕਦੇ ਖੁਸ਼ ਨਹੀਂ ਹੋਏਗਾ। ਤਾਂ ਕਰਕੇ ਮਹਾਰਾਜ ਕਹਿੰਦੇ ਆ ਕੂੜ ਬੋਲ ਮੁਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ ਨਾਨਕ ਐਸਾ ਆਗੂ ਜਾਪੈ। ਕਹਿੰਦੇ ਅਜਿਹਾ ਆਗੂ ਅੰਤਿਓਂ ਉਗੜਦਾ ਹੈ ਕਿ ਆਪ ਤਾਂ ਠੱਗਿਆ ਹੀ ਜਾ ਰਿਹਾ ਹੈ ਅਤੇ ਆਪਣੇ ਸਾਥ ਨੂੰ ਭੀ ਲੁਟਾਉਂਦਾ ਹੈ। ਮੁੱਠਾ ਆਪ ਤਾਂ ਠੱਗਿਆ ਹੀ ਜਾ ਰਿਹਾ, ਇਹੋ ਜਿਹੀ ਵਿਚਾਰ ਦੇ ਵਿੱਚ ਵੀ ਮੈਂ ਚੰਗਾ ਕਰ ਰਿਹਾ, ਅੱਛਾ ਹੋ ਰਿਹਾ। ਕਹਿੰਦੇ ਇਹਦੇ ਵਿੱਚ ਆਪ ਤਾਂ ਠੱਗਿਆ ਹੀ ਗਿਆ, ਲੇਕਿਨ ਜਿਹੜੇ ਉਹਦੇ ਨਾਲ ਤੁਰਨ ਵਾਲੇ ਨੇ ਉਹਨਾਂ ਦਾ ਸਾਥ ਵੀ ਜਿਹੜਾ ਹੈ ਉਹ ਵੀ ਡੁੱਬ ਜਾਂਦਾ ਹੈ। ਨਾਨਕ ਐਸਾ ਆਗੂ ਜਾਪੈ। ਕਹਿੰਦੇ ਫਿਰ ਇਹੋ ਜਿਹਾ ਆਪਣਾ ਜਿਹੜਾ ਆਗੂ ਹੈ, ਜਿਹਾ ਆਗੂ ਅੰਤਿਓਂ ਉਗੜਦਾ ਹੈ ਵੀ ਜਿਹੜਾ ਦੂਸਰਿਆਂ ਨੂੰ ਤਾਂ ਸੋਝੀ ਦੇ ਰਿਹਾ, ਸਮਝ ਦੇ ਰਿਹਾ ਵੀ ਭਾਈ, ਕਈ ਵਾਰ ਆਪਾਂ ਵੇਖਦੇ ਹਾਂ ਵੀ ਜਿਹੜੇ ਲੋਕ ਸਟੇਜਾਂ 'ਤੇ ਖਲੋ ਕੇ ਕਈ ਵਾਰ ਰਾਜਨੀਤੀ ਦੇ ਦਾਇਰੇ ਵਿੱਚ ਹੋਰ ਪਾਸੇ, ਭਾਈ ਅਸੀਂ ਤੁਹਾਨੂੰ ਤੁਹਾਡਾ ਹੱਕ ਦਿਵਾਵਾਂਗੇ, ਤੁਹਾਨੂੰ ਆਹ ਕਰਾਂਗੇ, ਅਤੇ ਉੱਥੇ ਬਾਅਦ ਵਿੱਚ ਪਤਾ ਲੱਗਦਾ ਵੀ ਜਿਹੜਾ ਦੂਸਰਿਆਂ ਦੇ ਹੱਕਾਂ ਦੀ ਗੱਲ ਕਰ ਰਿਹਾ ਹੈ, ਇਹਨੇ ਤਾਂ ਫਲਾਣੇ ਦਾ ਜਿਹੜਾ ਉਹ ਹੋਇਆ ਜ਼ਮੀਨ ਦੱਬੀ ਹੋਈ ਹੈ, ਇਹਨੇ ਤਾਂ ਫਲਾਣੇ ਦੇ ਨਾਲ ਧੱਕਾ ਕੀਤਾ, ਉਹਦੇ ਨਾਲ ਉਹਦੇ ਕੋਲੋਂ ਧੱਕੇ ਨਾਲ ਇੰਨਾ ਧਨ ਲਿਆ ਹੋਇਆ। ਤਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਆਪ ਦੂਸਰਿਆਂ ਦਾ ਹੱਕ ਖਾਣ ਵਾਲਾ, ਅਤੇ ਸਤਿਗੁਰਾਂ ਨੇ ਗੁਰਬਾਣੀ ਵਿੱਚ ਜਿਵੇਂ ਮਲਕ ਭਾਗੋ ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਹੋਰ ਅਨੇਕਾਂ ਐਸੇ ਜਿਹੜੇ ਨੇ ਉਹ ਥਾਂ, ਹੋਰ ਅਨੇਕਾਂ ਐਸੀਆਂ ਘਟਨਾਵਾਂ ਜਿੱਥੇ ਗੁਰੂ ਪਾਤਸ਼ਾਹ ਮਹਾਰਾਜ ਨੇ ਦੂਸਰਿਆਂ ਦਾ ਹੱਕ ਖਾਣ ਤੋਂ ਵਰਜ ਕੇ ਹੱਕ ਹਲਾਲ ਦੀ ਕਮਾਈ, ਦੋ ਸ਼ਬਦ ਆਏ ਨੇ, ਮਹਾਰਾਜ ਨੇ ਇੱਕ ਹਰਾਮ ਸ਼ਬਦ ਵਰਤਿਆ ਅਤੇ ਇੱਕ ਹਲਾਲ। ਆਪਾਂ ਅੱਜ ਵੀ ਕਹਿੰਦੇ ਕਈ ਵਾਰੀ ਵੀ ਇਹ ਤੇਰੀ ਹਰਾਮ ਦੀ ਕਮਾਈ ਹੈ, ਹੱਕ ਦੀ ਨਹੀਂ ਹੈ। ਅਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਬਈ ਜਿੰਨੇ ਮਰਜ਼ੀ ਤੂੰ ਦਲੀਲਾਂ ਦੇ ਲੈ ਮੁੜ ਕੇ, ਲੇਕਿਨ ਦਲੀਲਾਂ ਦੇ ਨਾਲ ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਕਹਿੰਦੇ ਤੇਰੀ ਹਰਾਮ ਦੀ ਕਮਾਈ ਹੈ ਅਤੇ ਤੂੰ ਜਿੰਨੀਆਂ ਮਰਜ਼ੀ ਦਲੀਲਾਂ ਦੇ ਲਾ, ਉਹਨੇ ਹੱਕ ਦੀ ਨਹੀਂ ਬਣ ਜਾਣਾ। ਇਸੇ ਕਰਕੇ ਦਾਨੇ ਕਹਿੰਦੇ ਸਨ ਜੈਸਾ ਅੰਨ ਵੈਸਾ ਮਨ। ਅਤੇ ਜਦੋਂ ਅਸੀਂ ਇਹੋ ਜਿਹਾ ਕਮਾਈਆਂ ਕਰਕੇ ਦੂਸਰਿਆਂ ਦਾ ਹੱਕ ਖੋਹ ਕੇ ਘਰ ਲੈ ਕੇ ਆਉਂਦੇ ਹਾਂ, ਫਿਰ ਆਉਂਦੇ ਹਾਂ ਜੀ ਮਨ ਨਹੀਂ ਜੁੜਦਾ, ਇਬਾਦਤ ਨਹੀਂ ਹੁੰਦੀ, ਸਾਡੀ ਔਲਾਦ ਆਖੇ ਵਿੱਚ ਨਹੀਂ, ਗਲਤ ਪਾਸੇ ਹੈ, ਤਾਂ ਸੱਚ ਜਾਣਿਓ ਜਿਹੋ ਜਿਹੀ ਕਮਾਈ ਘਰ ਵਿੱਚ ਆਉਂਦੀ ਹੈ ਪਰਿਵਾਰ ਦੇ ਉੱਤੇ ਉਹਦਾ ਅਸਰ ਇੱਕ ਦਿਨ ਜ਼ਰੂਰ ਹੁੰਦਾ ਹੈ। ਜਿਹੋ ਜਿਹਾ ਅੰਨ ਅਨਾਜ ਸਾਡੇ ਧੀਆਂ ਪੁੱਤਰ ਬੱਚੇ ਜਿਸ ਤਰ੍ਹਾਂ ਦਾ ਧਨ ਪਦਾਰਥ ਦਾ ਘਰ ਵਿੱਚ ਰਾਸ਼ਨ ਆਉਂਦਾ ਹੈ, ਕਿਉਂਕਿ ਕਰੰਸੀ ਵਿੱਚ ਕੋਈ ਫਰਕ ਨਹੀਂ ਹੁੰਦਾ, ਇਮਾਨਦਾਰੀ ਦਾ ਵੀ 100 ਦਾ ਨੋਟ ਉਹੋ ਜਿਹਾ ਹੀ ਹੁੰਦਾ ਹੈ ਅਤੇ ਬੇਈਮਾਨੀ ਦਾ ਵੀ ਉਹੋ ਜਿਹਾ ਹੁੰਦਾ ਹੈ,
ਪਰ ਉਹਦੇ ਨਾਲ ਜੋ ਖਰੀਦਿਆ ਗਿਆ ਜਦੋਂ ਸਾਡੇ ਬੱਚਿਆਂ ਦੇ ਜੀਵਨ ਵਿੱਚ ਜਾਂਦਾ ਹੈ ਤਾਂ ਫਿਰ ਉੱਥੇ ਉਹ ਦੁੱਖ ਦਿੰਦਾ ਹੈ। ਗੁਰੂ ਕਿਰਪਾ ਕਰੇ ਜਿੱਥੇ ਅਸੀਂ ਰੱਬ ਰੱਬ ਕਰੀਏ, ਕਰਮ ਧਰਮ ਨਿਭਾਈਏ, ਉੱਥੇ ਯਤਨ ਕਰੀਏ ਕਿ ਅਸੀਂ ਕਿਸੇ ਦਾ ਹੱਕ ਨਾ ਮਾਰ ਕੇ ਹਲਾਲ ਦੀ ਕਮਾਈ, ਆਪਣੇ ਹੱਕ ਦੀ ਕਮਾਈ, ਦਸਾਂਨਵਾਂ ਦੀ ਕਿਰਤ ਤਾਂ ਹੀ ਮਹਾਰਾਜ ਨੇ ਆਖਿਆ ਸੀ, ਉਹਦੇ ਵਿੱਚ ਗੁਰੂ ਦੀ ਵੀ ਖੁਸ਼ੀ ਹੈ, ਪਰਮੇਸ਼ਰ ਦੀ ਵੀ ਖੁਸ਼ੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੈਨਿਕ ਸਵੇਰਾ ਦੇ ਨਾਲ।